ਪੱਤਰਕਾਰੀ ਦਾ ਸੈਕਟਰ 'ਚ ਜਿਹੜੇ ਤੋਂ ਸਾਰੇ ਲੋਕ ਇੱਥੇ ਹੋ ਉਹਦੇ ਤਾਂ ਮੈਂ ਆਪਣਾ ਔਰ ਆਪਣੇ ਸਾਥੀ ਵਕੀ ਦਾ ਤਹਿ ਦਿਲ ਨਾਲ ਸਵਾਗਤ ਕਰਨਾ ਔਰ ਸ਼ੁਕਰੀਆ ਅਦਾ ਕਰਨਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਸਾਏ। ਹਾਲਾਂਕਿ ਮੇਰੇ ਸਾਥੀ ਜਿਹੜੇ ਅੱਜ ਹੁਣ ਪੜ੍ਹਾ ਦੇ ਉਹ ਇੱਕ ਪ੍ਰੈਸ ਨੋਟ ਹੈ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮੇਨ ਮੁੱਦਾ ਇਹ ਹੈ, ਜਿਹੜਾ ਟਾਈਟਲ ਹੈ ਉਹ ਜੰਮੂ ਇਨ ਦੀ ਕੈਕੋਪੋਨੀ ਆਫ ਕਸ਼ਮੀਰ, ਯਾਨੀ ਕਿ ਜਿਹੜਾ ਸਾਡਾ ਜੰਮੂ ਹੈ ਕਸ਼ਮੀਰ ਦੇ ਅੰਦਰ ਜਿਹੜੀ ਵੱਖਰੀ ਵੱਖਰੀ ਆਵਾਜ਼ਾਂ ਉੱਠਦੀਆਂ ਨੇ, ਕਸ਼ਮੀਰ ਤਾਂ ਜਿਹੜੀਆਂ ਵੱਖਰੀ ਵੱਖਰੀ ਆਵਾਜ਼ਾਂ ਉੱਠਦੀਆਂ ਨਾ ਉਹਦੇ ਸੰਬੰਧ ਉੱਪਰ ਹੈ, ਔਰ ਜੰਮੂ ਉਹਦੇ ਕੰਨੇ ਕਿੰਨੇ ਸਫ਼ਰ ਕਰਾਉਂਦਾ ਜਾਂ ਜੰਮੂ ਦਾ ਕਿੰਨਾ ਨੁਕਸਾਨ ਹੋਇਆ, ਇਹ ਸਾਡੇ ਤਾਂ ਐਜ ਏ ਲੋਕਲ ਡੋਗਰਾਸ ਐਜ ਏ ਲੋਕਲ ਜੰਮੂਆਈਟਸ ਸਪੈਸ਼ਲੀ ਯੂਥ ਇਹ ਜਾਣਨ ਬੜੀ ਜ਼ਰੂਰਤ ਹੈ ਕਿ ਇਹ ਸਾਨੂੰ ਕਿੰਨਾ ਇੰਪੈਕਟ ਕਰਦੀ ਹੈ। ਤਾਂ ਉਹਦੇ 'ਚ ਅਸੀਂ ਤਿੰਨ ਚਾਰ ਚੀਜ਼ਾਂ ਪ੍ਰੈਸ ਨੋਟ 'ਚ ਦੱਸੀਆਂ ਜਿਹੜੀ ਮੈਂ ਇੱਕ ਵਾਰ ਵੀ ਰਿਵਾਈਜ਼ ਕਰ ਲੈਂਦਾ ਤੁਹਾਡੀ ਅੰਡਰਸਟੈਂਡਿੰਗ ਦਾ ਹੈ, ਔਰ ਉਸਦੇ ਬਾਅਦ ਫਿਰ ਅਸੀਂ ਅੱਗੇ ਪ੍ਰੋਸੀਡ ਕਰਕੇ ਅੱਜ ਦਾ ਜਿਹੜਾ ਮੇਨ ਏਮ ਹੈ ਉਹ ਇਹ ਹੈ ਕਿ ਜੰਮੂ ਜਿਹੜਾ ਹੈ ਇਨ ਦੀ ਕੈਕੋਪੋਨੀ ਆਫ ਕਸ਼ਮੀਰ ਦੇ ਅੰਤਰਗਤ ਕਿੰਨਾ ਸਫ਼ਰ ਕਰਦਾ ਹੈ ਜਾਂ ਕਿੰਨਾ ਉਹ ਵਿਕਟਮਾਈਜ਼ ਹੁੰਦਾ, ਪਹਿਲਾ ਕਨਸੈਪਟ। ਦੂਆ ਕਨਸੈਪਟ ਇਹ ਹੈ ਕਿ ਅਸੀਂ ਇੱਥੇ ਜਿਹੜੇ ਸਾਡੇ ਹੋਮ ਮਿਨਿਸਟਰ ਸਾਹਿਬ ਹੈ ਮਾਨਣੀ ਅਮਿਤ ਸ਼ਾਹ ਜੀ, ਉਹਨੇ ਜਿਹੜਾ ਕਸ਼ਮੀਰ ਜੰਮੂ ਕਸ਼ਮੀਰ ਮੁੱਦੇ ਉੱਪਰ ਮਿਲੀਟੈਂਸੀ ਖਤਮ ਕਰਨੇ ਤਾਂ ਜਾਂ ਉਹਦੇ 'ਚ ਸ਼ਾਂਤੀ ਲਾਉਣੇ ਤਾਂ ਜਿਹੜਾ ਸਟੈਪ ਲੈਤਾ ਉਹਦਾ ਵੈਲਕਮ ਕਰਨੇ ਆ, ਅਸ ਅਜੀਤ ਡੋਵਾਲ ਸਾਹਿਬ ਦਾ ਵੈਲਕਮ ਕਰਨੇ ਆ ਕਿ ਉਹਨੇ ਬੜੇ ਅੱਛੇ ਤਰੀਕੇ ਕਰਨੇ ਆ ਸਟ੍ਰੈਟਜੀਕਲੀ ਔਰ ਬੜੇ ਅੱਛੇ ਤਰੀਕੇ ਕਰਨੇ ਉਹਨੇ ਇਸ ਚੀਜ਼ ਦੀ ਅੰਜਾਮ ਦਿੱਤਾ, ਔਰ ਅੱਜ ਦੀ ਇਸ ਡੇਟ 'ਚ ਜਿਹੜੀ ਮਿਲੀਟੈਂਸੀ ਹੈ ਜਾਂ ਜਿਹੜੇ ਸਾਡੇ ਐਕਸਟਰਨਲ ਥਰੈਟ ਨੇ ਉਹਨੇ ਕੰਟਰੋਲ ਕੀਤਾ। ਇਸ ਦੇ ਤਾਂ ਅੱਜ ਸਾਡੀ ਜਿਹੜੀ ਫੌਜ ਹੈ ਭਾਰਤੀ ਸੈਨਾ ਸਾਡੇ ਪੈਰਾਮਿਲਟਰੀ CISF BSF ਸਾਡੇ CRPF SSB ITBP ਰੈਪਿਡ ਐਕਸ਼ਨ ਫੋਰਸ ਉਹਦਾ ਆ ਸਲਿਊਟ ਕਰਦੇ ਹਾਂ, ਔਰ ਸਾਰੇ ਵੱਲੋਂ ਜ਼ਿਆਦਾ ਧੰਨਵਾਦ ਮੈਂ ਆਖਾਂਗੀ ਤੁਸੀਂ ਵੀ ਆਪਣੇ ਪੱਖੀ ਦਾ ਧੰਨਵਾਦ ਦਿਓ ਸਾਡੇ ਜਿਹੜੇ ਜੰਮੂ ਕਸ਼ਮੀਰ ਪੁਲਿਸ ਹੈ ਜਿਹੜੀ ਮਹਾਰਾਜਾ ਸਾਹਿਬ ਦੇ ਟਾਈਮ ਦੀ ਖੜੀ ਪੁਲਿਸ ਹੈ, ਔਰ ਨਾ ਕਿ ਇੱਕ ਪੁਲਿਸ ਹੈ। ਮੈਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ 'ਚ ਮੇਰੇ ਭਾਈ ਜਿਹੜੇ ਤੋਂ ਸਾਹਿਬ ਦੇ ਉਹਦੇ ਮਾਧਿਅਮ 'ਚ ਇਹ ਆਖਣਾ ਚਾਹਾਂਗੀ ਉਹ ਇੱਕ ਐਸੀ ਪੁਲਿਸ ਹੈ ਜਿਹੜੀ ਮਿਲਟਰੀ ਲੈਵਲ ਦੀ ਟ੍ਰੇਨਿੰਗ ਕਰਦੀ ਆ ਰਹੀ, ਇਟ ਇਜ਼ ਦਾ ਓਨਲੀ ਪੁਲਿਸ ਇਨ ਦਾ ਵਰਲਡ ਵਿਚ ਇਜ਼ ਫਾਈਟਿੰਗ ਵਿਦ ਐਕਸਟਰਨਲ ਥਰੈਟਸ ਮਿਲੀਟੈਂਸੀ, ਔਰ ਕੋਈ ਵੀ ਵਰਲਡ 'ਚ ਅੱਜ ਤੱਕ ਐਸੀ ਪੁਲਿਸ ਨਹੀਂ ਮਿਲੀ ਹੈਗੀ ਜਿਹੜੀ ਮਿਲੀਟੈਂਸੀ ਕਰਨਾ ਐਕਸਟਰਨਲ ਥਰੈਟ ਕਰਨਾ ਲੜਦੀ ਹੈ, ਮੇਨਲੀ ਪੁਲਿਸ ਲਾ ਐਂਡ ਆਰਡਰ ਮੇਨਟੇਨ ਕਰਦੀ ਆ। ਅਸੀਂ ਇਹ ਸਾਰੇ ਸਲਿਊਟ ਕਰਦੇ ਹਾਂ, ਮੈਂ ਚਾਹਾਂਗੀ ਤੁਸੀਂ ਵੀ ਸਾਰੇ ਆਪਣੇ ਚੈਨਲ ਦੇ ਵੱਖੀ ਦਾ JKP ਸਪੈਸੀਫਿਕਲੀ JKP ਇਸ ਚੀਜ਼ ਦਾ ਸਲਿਊਟ ਦਿਓ, ਇੱਕ ਕਨਸੈਪਟ। ਦੂਸਰਾ ਹੁਣ ਇਹਦੇ 'ਚ ਇਹ ਦੇਖਿਆ ਗਿਆ ਕਿ ਜਿਹੜਾ ਗੌਰਮੈਂਟ ਨੇ ਡਿਸੀਜ਼ਨ ਲੈਤਾ ਆ ਉਹ ਸਟ੍ਰੈਟੇਜੀਕਲੀ ਤਾਂ ਬੜਾ ਸਹੀ ਹੈ, ਲੇਕਿਨ ਉਸ ਡਿਸੀਜ਼ਨ ਦਾ ਇੰਪੈਕਟ ਸਾਡੇ ਲੋਕਾਂ ਉੱਪਰ ਕੀ ਹੈ? ਜਿਸ ਵੇਲੇ ਮੈਂ ਆਖਣਾ ਸਾਡੇ ਲੋਕ ਸਿਰਫ ਮੈਂ ਇਹ ਤੁਸ ਨਹੀਂ ਹੈ, ਸਾਡੇ ਲੋਕ ਹੀ ਪੂਰੇ ਥਰੂਆਊਟ ਜੰਮੂ ਕਸ਼ਮੀਰ 'ਚ ਅਸੀਂ ਦੇਖਿਆ ਜੰਮੂ ਕਸ਼ਮੀਰ ਇਹਨੇ ਦੋ ਯੂਟੀ 'ਚ ਬਦਲੀ ਉੜਿਆ, ਯਾਨੀ ਕਿ ਜੰਮੂ ਕਸ਼ਮੀਰ ਦੀ ਡਿਮੋਸ਼ਨ ਕਰੀ ਉੜੀ, ਇਹਨੇ ਜੰਮੂ ਕਸ਼ਮੀਰ ਦੀ ਡਿਮੋਸ਼ਨ ਕਰੀ ਉੜੀ। ਤੁਸੀਂ ਪਤਾ ਕਿੰਨੀ ਯੂਟੀਆਂ ਨੇ? ਹਾਰਡਲੀ 20 ਜਾਂ 18 ਬੰਦੇ ਇਹ ਨਹੀਂ ਪਤਾ ਕਿ ਥਰੂ ਆਊਟ ਇੰਡੀਆ 'ਚ ਕਿੰਨੀ ਯੂਟੀਜ਼ ਨੇ, ਔਰ ਜਿਹਨੇ ਪਤਾ ਯੂਟੀਜ਼ ਕਿੰਨੀਆਂ ਨੇ ਉਹਨੇ ਯੂਟੀ ਦਾ ਨਾਂ ਨਹੀਂ ਪਤਾ। ਹੁਣ ਤੁਸੀਂ ਸੋਚੋ ਜਾਂ ਤੁਸੀਂ ਦੱਸੋ ਕਿ ਇਹ ਪ੍ਰਮੋਸ਼ਨ ਹੈ ਕਿ ਡਿਮੋਸ਼ਨ ਹੈ, ਪਹਿਲਾ ਕਨਸੈਪਟ। ਦੂਆ ਕਨਸੈਪਟ, ਜਿਹੜੀ ਯੂਟੀਜ਼ ਹੈ ਨਾ ਅੱਜ ਤੱਕ ਜੰਮੂ ਕਸ਼ਮੀਰ 'ਚ ਹਿੰਦੁਸਤਾਨ 'ਚ, ਉਸ ਯੂਟੀ ਮੈਕਸੀਮਮ ਕੁੰਨ ਰੂਲ ਕੀਤਾ ਦਾ ਪ੍ਰੀ 1947 47 ਕੋਲੋਂ ਪਹਿਲਾਂ ਅੰਗਰੇਜ਼ ਰੂਲ ਕੀਤਾ, ਯਾਨੀ ਕਿ ਅੱਜ ਆ ਸਾਡਾ ਯੂਥ ਆਖਦਾ ਕਿ ਚੰਡੀਗੜ੍ਹ ਬਣਿਆ, ਚੰਡੀਗੜ੍ਹ 'ਤੇ ਮਾਰਾ ਇੱਕ ਸਿਟੀ ਹੈ, ਜੰਮੂ ਕਸ਼ਮੀਰ 'ਤੇ ਇੱਕ ਹੋਰ ਸਟੇਟ ਹੈ, ਇਹਦੇ 'ਚ ਵੱਖਰੇ ਵੱਖਰੇ ਰੀਜ਼ਨ ਹੈ, 5 ਰੀਜ਼ਨ ਹੈ, ਇਹਦੇ 'ਚ 3 ਰੀਜ਼ਨ ਅਤੇ 2 ਰੀਜ਼ਨ ਅਤੇ ਸਾਡੇ ਆਲਰੇਡੀ ਚਲੀ ਇਹਦੇ ਨਾਲ PU ਪਾਕਿਸਤਾਨ ਓਕੂਪਾਈਡ ਕੋਲ, ਉਸ ਦੇ ਇਲਾਵਾ ਸਾਡਾ ਜਗਰਾਫੀ ਆ ਜਿਹੜਾ ਹਾਂ ਇੱਕ ਹੋਰ ਮੈਪ ਉਹ ਮੈਪ ਇਹਨੇ ਕੱਟ ਕਰੀ ਉੜਿਆ, ਉਹ ਮੈਪ ਕੱਟ ਕਰੀ ਉੜਿਆ, ਯਾਨੀ ਕਿ ਪਹਿਲਾਂ ਅਗਰ ਕਸ਼ਮੀਰੀ ਸਾਡੀ ਹਿਸਟਰੀ ਦਵਾਈ ਤਾਂ ਹੁਣ ਸਾਡਾ ਜਗਰਾਫੀ ਉੱਪਰ ਵੀ ਅਟੈਕ ਹੋਈ ਆ, ਅਤੇ ਸਾਡੇ ਲੋਕਲ ਜੰਮੂ ਜਿਹੜੇ ਨੇ ਜੰਮੂ ਦੇ ਲੋਕ ਨੇ ਡੋਗਰਾ ਨੇ ਇਹ ਉਹਦੇ ਰਾਹੀਂ ਕੰਸਰਨ ਹੈ। ਮੈਂ ਆਪਣੀ ਗੱਲਾਂ ਪਰਾਂਗ ਇਹਦੇ 'ਚ ਅਸੀਂ ਜਿਹੜਾ ਮੇਨ ਦੱਸਦਾ ਹੈ ਉਹ ਇਹ ਦੱਸਦਾ ਕਿ ਜਿਹੜੇ ਸਾਡੇ ਪਾਸਟ ਹੈ ਜਿਹੜਾ ਪ੍ਰੈਜੈਂਟ ਹੈ ਉਹਦਾ ਫਿਊਚਰ ਹੈ, ਉਹ ਸਾਡੀ ਆਈਡੈਂਟੀ ਉਹ ਸਾਡੇ ਸਰਵਾਈਵਲ ਲਈ ਕਿੰਨਾਂ ਸਰਵ ਕਰਦਾ ਜਾਂ ਅਸ ਕਿੰਨਾਂ ਬਚਾਈ ਸਕਦੇ। ਆਸ ਮਾਨਣੀ ਗ੍ਰਹਿ ਮੰਤਰੀ ਭਾਰਤੀ ਸਰਕਾਰ ਅਮਿਤ ਸ਼ਾਹ ਜੀ ਕੰਨੇ ਨਿਵੇਦਨ ਕਰਨੇ ਆ ਕਿ ਸਾਡੀਆਂ ਕੁਛ ਡਿਮਾਂਡਾਂ ਨੇ ਨੈਸ਼ਨਲਿਸਟ ਡੋਗਰਾਸ ਦੀਆਂ ਸਪੈਸ਼ਲੀ ਡੋਗਰਾ ਯੂਥ ਦੀਆਂ ਜਿਹੜੀਆਂ ਡਿਮਾਂਡਾਂ ਉਹ ਪੂਰੀਆਂ ਕਰਨ ਤਾਂ ਕਿ ਆਸ ਆਪਣੀ ਆਈਡੈਂਟੀ ਆਪਣੇ ਸਰਵਾਈਵਲ ਲਈ ਬਚਾਈ ਸਕਦਾ ਔਰ ਜਿਹੜੀ ਨੈਸ਼ਨਲਿਸਟ ਫੋਰਸ ਹੈ ਉਸੀ ਆਸ ਵੱਡਾ ਕਰ ਸਕਦਾ।